ਜਿੱਥੇ ਖੁਸ਼ੀਆਂ ਖੇਡਣ, ਹਾਸੇ ਨੱਚਣ ਤੇ ਦੁੱਖਾਂ ਸੁੱਖਾਂ ਦੀ ਸਾਂਝ ਹੋਵੇ, ਉਹ ਹੁੰਦਾ ਹੈ ਅਸਲ ਘਰ। ਪੰਜਾਬੀ ਸਿਨੇਮੇ ਵਿੱਚ ਪਰਿਵਾਰਿਕ ਫਿਲਮਾਂ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਉਹਨੇ 13 ਦਸੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਵੱਡਾ ਘਰ, ਜਿਸਦਾ ਟ੍ਰੇਲਰ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਰਿਲੀਜ਼ ਹੋਇਆ ਹੈ। ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਇਸ ਨੂੰ ਬਹੁਤ ਹੀ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ। ਫਿਲਮ ਵਿੱਚ ਅਮਰ ਨੂਰੀ, ਸਰਦਾਰ ਸੋਹੀ, ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਵੱਲੋਂ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਇਆ ਜਾ ਰਿਹਾ ਹੈ। ਇਸ ਫਿਲਮ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਦੀ ਬਹੁਤ ਹੀ ਸੋਹਣੀ ਕੈਮਿਸਟਰੀ ਵੀ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਫਿਲਮ ਵਿੱਚ ਰਿਸ਼ਤਿਆਂ ਦੀ ਸਾਂਝ ਦੇਖਣ ਨੂੰ ਮਿਲੇਗੀ। ਦੱਸਿਆ ਜਾਵੇਗਾ ਕਿ ਆਖਿਰ ਵੱਡਾ ਘਰ ਕਿਹੜਾ ਹੁੰਦਾ ਹੈ, ਕਿਵੇਂ ਬੱਚੇ ਆਪਣੇ ਮਾਂ ਪਿਓ ਨੂੰ ਵਿਦੇਸ਼ ਵਿੱਚ ਜਾ ਕੇ ਨਹੀਂ ਪੁੱਛਦੇ ਤੇ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਫਿਲਮ ਦੇ ਟ੍ਰੇਲਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟਾਰਟਿੰਗ ਵਿੱਚ ਵੱਡੇ ਘਰ ਦੀ ਮਹੱਤਤਾ ਦੱਸੀ ਜਾਂਦੀ ਹੈ, ਜਿਸ ਤੋਂ ਬਾਅਦ ਮੈਂਡੀ ਤੱਕਰ ਤੇ ਜੋਬਨਪ੍ਰੀਤ ਦੀ ਲਵ ਸਟੋਰੀ ਵੀ ਦੱਸੀ ਜਾਂਦੀ ਹੈ। ਫਿਲਮ ਵਿੱਚ ਅਮਰ ਨੂਰੀ, ਸਰਦਾਰ ਸੋਹੀ, ਮੈਂਡੀ ਤੱਕਰ, ਜੋਬਨਪ੍ਰੀਤ ਸਿੰਘ, ਰਵਿੰਦਰ ਮੰਡ, ਨਿਰਮਲ ਰਿਸ਼ੀ ਸਣੇ ਕਈ ਦਿੱਗਜ ਕਲਾਕਾਰਾਂ ਨੂੰ ਦੇਖਿਆ ਜਾਵੇਗਾ। ਪੰਜਾਬੀ ਸਿਨੇਮੇ ਦੇ ਵਿੱਚ ਪਰਿਵਾਰਿਕ ਫਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਇਸ ਫਿਲਮ ਦੇ ਟ੍ਰੇਲਰ ਨੂੰ ਵੀ ਪਰਵਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦਾ ਸਟੋਰੀ, ਸਕ੍ਰੀਨ ਪਲੇ, ਡਾਇਲੋਗਸ ਅਤੇ ਲਿਰਿਕਸ ਜਸਬੀਰ ਗੁਣਾਚੋਰੀਆ ਵੱਲੋਂ ਕੀਤੇ ਗਏ ਹਨ ਤੇ ਇਸ ਫਿਲਮ ਨੂੰ ਮਨਿੰਦਰ ਸਿੰਘ ਕਨਵਾਈ, ਸੰਦੀਪ ਸਿੰਘ ਦੰਜਾਲ, ਜਸਬੀਰ ਗੁਣਾਚੋਰੀਆ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਕਮਲਜੀਤ ਸਿੰਘ ਤੇ ਗੋਲਡੀ ਢਿੱਲੋ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਟ੍ਰੇਲਰ ਨੂੰ ਦੇਖ ਕੇ ਹਰ ਕੋਈ ਅਨੁਮਾਨ ਲਗਾ ਰਿਹਾ ਹੈ ਕਿ ਫਿਲਮ ਵਿੱਚ ਰਿਸ਼ਤਿਆਂ ਦੀ ਸਾਂਝ ਦੇਖਣ ਨੂੰ ਮਿਲੇਗੀ, ਕਿਵੇਂ ਵਿਦੇਸ਼ ਵਿੱਚ ਜਾ ਕੇ ਬੱਚਿਆਂ ਵੱਲੋਂ ਆਪਣੇ ਮਾਂ ਪਿਓ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਗੁਰੂ ਘਰ ਵਿੱਚ ਜਾ ਕੇ ਰਹਿਣ ਨੂੰ ਮਜਬੂਰ ਹੋ ਜਾਂਦੇ ਹਨ ਤੇ ਨਿਰਮਲ ਰਿਸ਼ੀ ਵੱਲੋਂ ਫਿਲਮ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਰਿਸ਼ਤਿਆਂ ਦੀ ਅਹਿਮੀਅਤ ਦੱਸੀ ਗਈ ਹੈ। ਨਿਰਮਲ ਰਿਸ਼ੀ ਵੱਲੋਂ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਦਾਦਾ, ਦਾਦੀ, ਮਾਂ ਬਾਪ, ਭੈਣ ਭਰਾ ਇਕੱਠੇ ਰਹਿੰਦੇ ਨੇ, ਉਹ ਹੁੰਦਾ ਹੈ ਵੱਡਾ ਘਰ। ਫਿਲਮ ਰਾਹੀਂ ਦੱਸਿਆ ਗਿਆ ਹੈ ਕਿ ਆਖਿਰ ਕਿਹੜਾ ਹੁੰਦਾ ਹੈ ਵੱਡਾ ਘਰ, ਜਿੱਥੇ ਰਿਸ਼ਤਿਆਂ ਦੀ ਸਾਂਝ ਹੋਵੇ, ਜਿੱਥੇ ਖੁਸ਼ੀਆਂ ਖੇਡਣ, ਹਾਸੇ ਨੱਚਣ, ਸੁੱਖਾਂ ਦੀ ਸਾਂਝ ਹੋਵੇ, ਉਹ ਹੀ ਹੁੰਦਾ ਹੈ ਘਰ। ਜੋਬਨਪ੍ਰੀਤ ਵੱਲੋਂ ਫਿਲਮ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਇੱਕ ਮੈਸੇਜ ਵੀ ਦਿੱਤਾ ਗਿਆ ਹੈ। ਜਿਵੇਂ ਹੀ ਮੈਂਡੀ ਤੱਕਰ ਦੇ ਘਰ ਵਾਲੇ ਜੋਬਨਪ੍ਰੀਤ ਨੂੰ ਕਹਿੰਦੇ ਹਨ ਕਿ ਸਾਡੀ ਧੀ ਨੇ ਕੈਨੇਡਾ ਜਾਣਾ ਹੈ ਤਾਂ ਜੋਬਨਪ੍ਰੀਤ ਇਸ ਰਿਸ਼ਤੇ ਲਈ ਇਨਕਾਰ ਕਰ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਤੁਸੀਂ ਆਪਣਾ ਕੈਨੇਡਾ ਰੱਖੋ ਤੇ ਮੈਂ ਪੰਜਾਬ ਵਿੱਚ ਹੀ ਰਵਾਂਗਾ। ਜਿਸ ਤੋਂ ਬਾਅਦ ਅਮਰ ਨੂਰੀ ਤੇ ਸਰਦਾਰ ਸੋਹੀ ਵੱਲੋਂ ਵਿਦੇਸ਼ ਵਿੱਚ ਜਾ ਕੇ ਆਪਣੀ ਧੀ ਦੇ ਘਰ ਵਿੱਚ ਰਹਿ ਕੇ ਫਿਲਮ ਵਿੱਚ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਗਿਆ ਹੈ। ਫਿਲਮ 13 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਰਾਹੀਂ ਤੁਹਾਨੂੰ ਵੀ ਇੱਕ ਵਾਰੀ ਜ਼ਰੂਰ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗੇਗੀ। ਅਕਸਰ ਪੰਜਾਬੀ ਇੰਡਸਟਰੀ ਵਿੱਚ ਕਾਮੇਡੀ ਫਿਲਮਾਂ ਹੀ ਦੇਖੀਆਂ ਜਾਂਦੀਆਂ ਹਨ, ਪਰ ਹੁਣ ਪਰਿਵਾਰਿਕ ਰਿਸ਼ਤਿਆਂ ਉੱਤੇ ਇਹ ਬਹੁਤ ਹੀ ਸੋਹਣੀ ਫਿਲਮ ਜਲਦੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਨੂੰ ਰਿਲੀਜ਼ ਹੁੰਦਿਆਂ ਨਾਲ ਹੀ ਬਹੁਤ ਹੀ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ। 13 ਦਸੰਬਰ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਮਰ ਨੂਰੀ ਤੇ ਸਰਦਾਰ ਸੋਹੀ ਵੱਲੋਂ ਫਿਲਮ ਵਿੱਚ ਬਹੁਤ ਹੀ ਸੋਹਣਾ ਰੋਲ ਨਿਭਾਇਆ ਗਿਆ ਹੈ।